ਇਸ ਐਕਸਪੈਰੀਮੈਂਟ ਵਿੱਚ ਅਸੀਂ ਕਲਮੀਨੀਅਮ ਦੇ ਕੈਨ ਨੂੰ ਬਿਨਾ ਹੱਥ ਲਗਾਏ ਹਿਲਾਵਾਂਗੇ ਇਸ ਵਿੱਚ ਇੱਕ ਚੂਲਦੀ ਹੋਈ ਮੈਗਨੇਟ ਦੀ એનર્ਜੀ ਦਾ ਤਬਾਦਲਾ ਅਲੂਮੀਨੀਅਮ ਕੈਨ ਵਿੱਚ ਹੋਵੇਗਾ ਅਤੇ ਉਹ ਵੀ ਹਿੱਲਣ ਲੱਗ ਜਾਵੇਗਾ ਤੁਸੀਂ ਦੇਖ ਰਹੇ ਹੋ ਕਿ ਇਹ ਕੈਨ ਜਾਦੂਈ ਤਰੀਕੇ ਨਾਲ ਹਿਲ ਰਿਹਾ ਹੈ ਚੂਲਦੀ ਹੋਈ ਮੈਗਨੇਟ ਦੀ એનર્ਜੀ ਕੈਨ ਦੇ ਵਿੱਚ ਤਬਦੀਲ ਹੋ ਰਹੀ ਹੈ ਅਤੇ ਉਹ ਵਹਿਲ ਰਿਹਾ ਹੈ इसलिए तो जरूरत है एक न्योडायमी मैगनेट एक अलमीनियम कैन कुछ स्ट्रॉज़ कुछ धागे और एक पेच की पेज चुंब चुंबक चिपका के धागे न लमका के एक साधारण पेंडुलम बनावे तुम ध्यान दवोंगे कि मैगनेट कैन के चिपकेगी नहीं क्यों क्योंकि एक कैन लोहे का नहीं अलमीनियम का बनया होया है ਇਹ ਆਪਣਾ ਸਧਾਰਨ ਪੈਂਡੂਲਮ ਹੈ। ਇਸ ਪੈਂਡੂਲਮ ਨੂੰ ਜੇ ਇੱਕ ਛੋਟਾ ਜਿਹਾ ਧੱਕਾ ਦਿੱਤਾ ਜਾਂਦਾ ਹੈ ਤਾਂ ਇਹ ਕਾਫੀ ਲੰਬੇ ਸਮੇਂ ਲਈ ਝੂਲਦਾ ਹੈ। ਹੁਣ ਆਪਾਂ ਕੁਝ ਸਟਾਕਸ ਦੇ ਉੱਤੇ ਕੈਨ ਨੂੰ ਇਸ ਤਰੀਕੇ ਨਾਲ ਰੱਖਾਂਗੇ ਤਾਂ ਕਿ ਉਹ ਮੈਗਨੇਟ ਨਾਲ ਨਾ ਜੁੜੇ ਪਰ ਉਹ ਮੈਗਨੇਟ ਦੇ ਨਜ਼ਦੀਕ ਹੋਵੇ। ਹੁਣ ਜਦੋਂ ਇਸ ਪੈਂਡੂਲਮ ਨੂੰ ਕੈਨ ਦੀ ਲੰਬਾਈ ਦੀ ਦਿਸ਼ਾ ਵਿੱਚ ਹਿਲਾਇਆ ਜਾਵੇਗਾ ਤਾ ਕੈਨ ਖੁਦ ਵੀ ਹਿਲਣ ਲੱਗ ਜਾਵੇਗਾ ਪਰ ਇਹ ਸਮਾਉ ਸਮੇਂ ਤੋਂ ਬਹੁਤ ਕੱਟ ਹੋਵੇਗਾ ਜੇ ਇੱਥੇ ਕੈਨ ਨਾ ਹੁੰਦਾ ਇਹੀ ਸੇਮ ਐਕਸਪੈਰੀਮੈਂਟ ਆਪਾਂ ਕੈਨ ਇਸ ਪੈਂਡੂਲਮ ਨੂੰ ਕੈਨ ਦੀ ਚੌੜਾਈ ਦੀ ਦਿਸ਼ਾ ਵਿੱਚ ਹਿਲਾ ਕੇ ਵੀ ਕਰ ਸਕਦੇ ਹਾਂ ਇਸ ਸਮੇਂ ਪੈਂਡੂਲਮ ਜ਼ਿਆਦਾ ਦੇਰ ਲਈ ਹਿਲੇਗਾ ਅਤੇ ਕੈਨ ਵੀ ਜ਼ਿਆਦਾ ਦੇਰ ਲਈ ਹਿਲੇਗਾ ਜਦੋਂ ਉਸ ਸਮੇਂ ਦੇ ਮੁਕਾਬਲੇ ਜਦੋਂ ਕਿ ਕੈਨ ਨੂੰ ਜਦੋਂ ਪੈਂਡੂਲਮ ਨੂੰ ਕੈਨ ਦੀ ਲੰਬਾਈ ਦੀ ਦਿਸ਼ਾ ਵਿੱਚ ਲਾਇਆ ਜਾ ਰਿਹਾ ਸੀ ਪਰ ਇਹ ਸਭ ਕਿਉਂ ਹੋ ਰਿਹਾ ਹੈ ਇਹ ਹੈ ਡੀ ਕਰੰਟਸ ਕਰਕੇ ਹੋ ਰਿਹਾ ਹੈ ਇੱਕ ਹਿਲਦੀ ਹੋਈ ਮੈਗਨੇਟ ਹੈਡੀ ਕਰੰਟ ਪੈਦਾ ਕਰਦੀ ਹੈ ਜੋ ਕਿ ਇਸ ਮੈਗਨੇਟ ਨੂੰ ਹਿਲਣ ਤੋਂ ਰੋਕਦੇ ਹਨ ਤਾਂ ਜਦੋਂ ਵੀ ਮੈਗਨੇਟ ਹਿੱਲਦੀ ਹੈ ਐਡੀ ਕਰੰਟ ਉਸਨੂੰ ਹਿਲਣ ਤੋਂ ਰੁਕਦੀ ਹੈ ਜਿਸ ਕਰਕੇ ਉਹ ਮੈਗਨੇਟ ਥੋੜੀ ਦੇਰ ਬਾਅਦ ਰੁਕ ਜਾਂਦੀ ਹੈ ਤਾਂ ਜੇ ਕਹਿਣ ਇੱਥੇ ਨਾ ਹੁੰਦਾ ਤਾਂ ਉਹ ਪੈਂਡੂਲਮ ਜ਼ਿਆਦਾ ਸਮੇਂ ਲਈ ਹਿੱਲਦਾ ਸੇਮ ਐਕਸਪੈਰੀਮੈਂਟ ਤੁਸੀਂ ਪਲਾਸਟਿਕ ਦੀ ਪਾਈਪ ਨਾਲ ਕਰਕੇ ਦੇਖੋ देखो बच्चे इस एक्सपेरिमेंट का आनंद लेंदे हुए। मैनू उम्मीद है कि तू तो एक्सपेरिमेंट पसंद आया होगा हम सोचन का टाइम है जे मैगनेट नहन की लंबाई की दिशा वाल हिलाया जाता है तो वो घट समय हिलता है उस मुकाबले कि जो तो मैगनेट न उसकी चौड़ाई की दिशा वाल हिलाया जाता है यही क्यों हो रहा है ਆਪਣੇ ਉੱਤਰ ਸਾਨੂੰ ਸਪੋਰਟ@arvindgupta.com ਉੱਤੇ ਭੇਜੋ ਅਤੇ ਤੁਸੀਂ ਫੇਸਬੁੱਕ ਉੱਤੇ ਵੀ ਕਮੈਂਟ ਕਰ ਸਕਦੇ ਹੋ